ਸਤਿ ਸ਼੍ਰੀ ਅਕਾਲ ਦੋਸਤੋ, ਡੀ ਐੱਸ ਡੀ 07 ਵਲੋਗ ਅੱਜ ਆਪ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦਾ ਹੈ ਔਰ ਉਮੀਦ ਕਰਦੇ ਹਾਂ ਕਿ ਆਪ ਸਾਰੇ ਲੋਕ ਠੀਕ ਠਾਕ ਹੋਵੋਗੇ। ਇਹ ਜਿਹੜਾ ਤੁਸੀਂ ਅੱਜ ਨਿਊ ਵੀਡੀਓ ਦੇਖਣ ਜਾ ਰਹੇ ਹੋ, ਇਹ ਅਸੀਂ ਰੋਡ ਜਾ ਰਹੇ ਹਾਂ ਜੀ ਪਠਾਨਕੋਟ ਟੂ ਅੰਮ੍ਰਿਤਸਰ, ਔਰ ਜਿਹੜੀ ਅੱਜ ਅਸੀਂ ਤੁਹਾਨੂੰ ਪਲੇਸ ਵਿਜ਼ਿਟ ਕਰਵਾਉਣ ਜਾ ਰਹੇ ਹਾਂ ਉਹ ਬਹੁਤ ਹੀ ਖੂਬਸੂਰਤ ਜਗ੍ਹਾ ਹੌਲੀ ਪਲੇਸ ਨੂੰ ਕਹਿ ਸਕਦੇ ਹਾਂ, ਹਰੀ ਦਾ ਮੰਦਰ ਕਹਿ ਸਕਦੇ ਹਾਂ। ਸੋ ਆਪ ਸਾਰੇ ਸਮਝ ਚੁੱਕੇ ਹੋਵੋਗੇ ਵੀ ਅੱਜ ਆਪਾਂ ਕਿੱਥੇ ਜਾ ਰਹੇ ਹਾਂ। ਅਸੀਂ ਜਾ ਰਹੇ ਹਾਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਗੋਲਡਨ ਟੈਂਪਲ ਜਿਹਨੂੰ ਕਹਿ ਦਿੰਦੇ ਹਾਂ ਆਪਾਂ। ਸੋ ਟੋਲ ਟੈਕਸ 'ਤੇ ਆਪਣੇ ਪਹੁੰਚ ਚੁੱਕੇ ਹਾਂ, ਰਸ਼ ਸੀਗਾ ਥੋੜ੍ਹਾ, ਆਰਮੀ ਦਾ ਕਾਰਡ ਸੀਗਾ ਤਾਂ ਜਲਦੀ ਕਲੀਅਰ ਹੋ ਗਿਆ। ਬਾਕੀ ਦੋਸਤੋ ਅਗਰ ਤੁਹਾਡੇ ਕੋਲ ਫਾਸਟ ਟੈਗ ਨਹੀਂ ਹੈ ਤਾਂ ਫਾਸਟ ਟੈਗ ਜ਼ਰੂਰ ਲਗਵਾਓ ਕਿਉਂਕਿ ਡਬਲ ਫੀਸ ਪੈਂਦੀ ਹੈ। ਮੌਸਮ ਵੀ ਅੱਛਾ ਸੀਗਾ। ਬਾਕੀ ਆਪਾਂ ਪਹੁੰਚ ਚੁੱਕੇ ਹਾਂ ਜੀ ਅੰਮ੍ਰਿਤਸਰ, ਜਿਹਨੂੰ ਸਿਫਤੀ ਦਾ ਘਰ ਕਿਹਾ ਜਾਂਦਾ। ਸਿਫਤੀ ਦਾ ਘਰ ਕਿਉਂ ਕਿਹਾ ਜਾਂਦਾ ਹੈ ਸਾਰਿਆਂ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਸਿਫਤਾਂ ਹੀ ਸਿਫਤਾਂ ਆ ਬਸ ਸਾਰੇ ਬੰਨੇ। ਜਿੱਥੇ ਗੁਰੂ ਘਰ ਹੋਵੇ ਉੱਥੇ ਸਿਫਤ ਨਾ ਹੋਵੇ ਤਾਂ ਇੱਦਾਂ ਹੋ ਨਹੀਂ ਸਕਦਾ। ਬਹੁਤ ਸਾਰਾ ਇਤਿਹਾਸ ਅੰਮ੍ਰਿਤਸਰ ਦੇ ਵਿੱਚ ਛੁਪਿਆ ਹੋਇਆ ਆ। ਤਾਂ ਇਹਨਾਂ ਦਿਨਾਂ ਦੇ ਵਿੱਚ ਮੈਂ ਛੁੱਟੀਆਂ ਕੱਟਣ ਲਈ ਆਇਆ ਹੋਇਆ ਹਾਂ ਅੰਮ੍ਰਿਤਸਰ, ਤਾਂ ਸੋਚਿਆ ਇੱਕ 10 ਮਿੰਟ ਦਾ ਵੀਡੀਓ ਸ਼ੂਟ ਆਊਟ ਜ਼ਰੂਰ ਕੀਤਾ ਜਾਵੇ। ਗੱਡੀ ਪਾਰਕਿੰਗ ਲਗਾਉਣ ਤੋਂ ਬਾਅਦ ਉਸ ਤੋਂ ਆਪਾਂ ਪਹੁੰਚ ਚੁੱਕੇ ਹਾਂ ਹਰਿਮੰਦਰ ਸਾਹਿਬ ਦੇ ਮੇਨ ਰਸਤੇ 'ਤੇ, ਜਿੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਸੰਗਤ ਸ਼ਿਰਕਤ ਕਰ ਰਹੀ ਆ। ਬਣੇ ਰਹੋ ਇਸ ਵੀਡੀਓ ਦੇ ਨਾਲ, ਜਿੰਨਾ ਵੀ ਕੁਛ ਦਿਖਾ ਸਕਿਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਕੱਲ੍ਹ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ੂਟ ਆਊਟ ਕਰਾਂਗੇ, ਇੱਕ ਹੋਰ ਇਤਿਹਾਸਿਕ ਜਗ੍ਹਾ ਜੋ ਸ਼ਾਇਦ ਆਪ ਸਭ ਨੇ ਜ਼ਿਆਦਾ ਨਹੀਂ ਦੇਖੀ ਹੋਊਗੀ ਔਰ ਉਹ ਏਅਰਪੋਰਟ ਦੇ ਅੰਦਰ ਹੋਊਗੀ ਉਹ। ਸੋ ਕੱਲ੍ਹ ਸੰਗਰਾਂਦ ਆ, ਆਪਾਂ ਉੱਥੇ ਜਾਵਾਂਗੇ। ਫਿਲਹਾਲ ਅੱਜ ਆਪਾਂ ਗੁਰੂ ਘਰ ਦੇ ਥੋੜ੍ਹੇ ਦਰਸ਼ਨ ਕਰ ਲਈਏ ਤਾਂ ਕਿ ਜਿਹੜਾ ਹੁਣ ਸਫ਼ਰ ਆਪਾਂ ਸ਼ੁਰੂ ਕੀਤਾ ਹੈ ਇਹਨੂੰ ਜਲਦੀ ਜਲਦੀ ਅਸੀਂ ਮੁਕਾ ਲਈਏ। ਬਾਕੀ ਡੀ ਐੱਸ ਡੀ 07 ਵਲੋਗ ਦੇਖ ਰਹੇ ਸਾਰੇ ਮੇਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਆ ਕਿ ਅਗਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਦਿਉ। ਜਲ੍ਹਿਆਂਵਾਲਾ ਬਾਗ ਦੇਖਣ ਦੀ ਇੱਛਾ ਸੀਗੀ ਬਟ 7 ਵਜੇ ਇਹ ਸ਼ਾਇਦ ਕਲੋਜ਼ ਹੋ ਜਾਂਦਾ ਇਸ ਕਰਕੇ ਬੰਦ ਸੀਗਾ, ਤਾਂ ਅਸੀਂ ਸਿੱਧੇ ਹੀ ਦਰਬਾਰ ਸਾਹਿਬ ਨੂੰ ਮੂਵ ਔਨ ਹੋ ਗਏ। ਖੂਬਸੂਰਤੀ ਵੱਲੋਂ ਕੋਈ ਕਮੀ ਨਹੀਂ ਆ। ਤੁਸੀਂ ਰਸਤੇ ਦੇ ਵਿੱਚ ਅਗਰ ਦੇਖੋਗੇ ਤਾਂ ਕਿੰਨੀ ਜ਼ਿਆਦਾ ਸੰਗਤ ਆ, ਬਹੁਤ ਸਾਰੇ ਟੂਰਿਸਟ ਇੱਥੇ ਪਹੁੰਚੇ ਹੋਏ ਆ ਔਰ ਸਭ ਸੰਗਤਾਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਨਤਮਸਤਕ ਹੋਣ ਜਾ ਰਹੀਆਂ। ਸੋ ਅਸੀਂ ਵੀ ਬਹੁਤ ਜਲਦ ਅੰਦਰ ਪਹੁੰਚ ਰਹੇ ਹਾਂ। ਮੌਸਮ ਤੁਸੀਂ ਦੇਖ ਸਕਦੇ ਹੋ, ਡਿੱਠੇ ਸੱਭੇ ਥਾਵ ਨਹੀਂ ਦੁੱਧ ਜੇ ਇਹ ਆ, ਸਿਫਤੀ ਦਾ ਘਰ ਅੰਮ੍ਰਿਤਸਰ। ਇਹ ਬਾਹਰਲੀ ਲੋਕੇਸ਼ਨ ਆ ਦੋਸਤੋ, ਜਿੱਥੇ ਬਹੁਤ ਹੀ ਪਿਆਰਾ ਮੌਸਮ ਸੀਗਾ, ਬੈਠਣ ਨੂੰ ਬਹੁਤ ਅੱਛੀਆਂ ਪਲੇਸਿਸ ਹੈਗੀਆਂ, ਬਾਹਰ ਤੁਸੀਂ ਬੈਠ ਸਕਦੇ ਹੋ। ਅਤੇ ਆਓ ਜੀ ਹੁਣ ਅਸੀਂ ਚੱਲਦੇ ਹਾਂ ਅੰਦਰ, ਦਰਸ਼ਨ ਕਰੋ ਜੀ। ਸਭ ਤੋਂ ਪਹਿਲਾਂ ਤੁਸੀਂ ਹਰੀ ਦੇ ਮੰਦਰ, ਗੁਰੂਆਂ ਪੀਰਾਂ ਦੀ ਧਰਤੀ, ਸਾਈਂ ਪੀਰ ਮੀਆਂ ਮੀਰ ਜੀ ਨੇ ਇਸ ਦਰਬਾਰ ਦੀ ਨੀਂਹ ਰੱਖੀ ਸੀਗੀ ਔਰ ਇੱਥੋਂ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਭ ਧਰਮ ਇੱਥੇ ਸਾਂਝੇ ਆ। ਜੂਨ ਮਹੀਨਾ ਹੋਣ ਦੇ ਬਾਵਜੂਦ ਛੁੱਟੀਆਂ ਆ, ਆਈ ਥਿੰਕ ਤਾਂ ਕਰਕੇ ਜ਼ਿਆਦਾ ਰਸ਼ ਆ। ਬਾਕੀ ਤੁਸੀਂ ਦੇਖ ਸਕਦੇ ਹੋ, ਮੈਂ ਜ਼ਿਆਦਾ ਬੋਲਣਾ ਨਹੀਂ ਵਿੱਚ ਚਾਹੁੰਦਾ, ਮੈਂ ਕਹਿੰਦਾ ਤੁਸੀਂ ਆਪ ਦਰਸ਼ਨ ਕਰੋ। ਮੈਂ ਪਹਿਲਾਂ ਵੀ ਬਹੁਤ ਵਾਰ ਵਿਜ਼ਿਟ ਕਰਿਆ ਆ ਬਟ ਜਿਹੜਾ ਸ਼ਾਮ ਦਾ ਮੌਸਮ ਆ ਨਾ, ਇਹਦਾ ਕੁਛ ਅਲੱਗ ਹੀ ਨਜ਼ਾਰਾ ਆ। ਤੁਸੀਂ ਦਰਸ਼ਨ ਕਰੋ, ਕਿਆ ਲਾਈਟਨਿੰਗ ਹੋਈ ਪਈ ਆ, ਕਿਆ ਸ਼ਾਨਦਾਰ ਮੰਜ਼ਰ ਆ। ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਜਦੋਂ ਵੀ ਤੁਸੀਂ ਦਰਬਾਰ ਤੇ ਜਾਓ। ਸ਼੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਬਿਲਕੁਲ ਨੀਅਰ ਬਾਏ, ਬਹੁਤ ਸਾਰੀਆਂ ਸੰਗਤਾਂ ਜਦੋਂ ਵਿਦੇਸ਼ ਨੂੰ ਆਪਣੀ ਯਾਤਰਾ ਕਰਦੇ ਤਾਂ ਮੱਥਾ ਟੇਕ ਕੇ ਜਦੋਂ ਆਉਂਦੇ ਆ ਤਾਂ ਮੱਥਾ ਟੇਕ ਕੇ ਘਰ ਪ੍ਰਵੇਸ਼ ਕਰਦੇ ਆ।
ਬੜਾ ਅਲੌਕਿਕ ਨਜ਼ਾਰਾ ਸੀਗਾ। ਬਾਣੀ ਚੱਲ ਰਹੀ ਸੀਗੀ, ਅਸੀਂ ਉਸ ਟਾਈਮ ਤੇ ਪਹੁੰਚੇ ਜਦੋਂ ਅਰਦਾਸ ਹੋ ਰਹੀ ਸੀ। ਤੁਸੀਂ ਦੇਖੋ ਅਸੀਂ ਅਰਦਾਸ ਦੇ ਵਿੱਚ ਸ਼ਾਮਿਲ ਹਾਂ, ਔਰ ਮੈਂ ਸਮਝਦਾ ਅਗਰ ਦੁਨੀਆਂ ਦੇ ਵਿੱਚ ਸਭ ਤੋਂ ਕੋਈ ਉੱਚੀ ਸੁੱਚੀ ਚੀਜ਼ ਆ ਤੇ ਉਹ ਅਰਦਾਸ ਆ, ਜਿੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਅਰਦਾਸ ਤੋਂ ਬਾਅਦ ਅਸੀਂ ਪਰਿਕਰਮਾ ਨੂੰ ਪਾਰ ਕਰਦੇ ਹੋਏ ਅੱਗੇ ਜਾ ਰਹੇ ਹਾਂ। ਬਹੁਤ ਜਲਦ ਦਰਸ਼ਨ ਕਰਾਂਗੇ। ਚਾਰੋਂ ਕੋਨਿਆਂ ਦੇ ਉੱਤੇ ਵੱਡੀਆਂ LED ਡਿਸਪਲੇ ਲਗਾਈਆਂ ਹੋਈਆਂ ਆ। 3 ਲੈਂਗੁਏਜ ਦੇ ਵਿੱਚ ਬਾਣੀ ਅਸੀਂ ਪੜ੍ਹ ਕੇ ਸਰਵਣ ਵੀ ਕਰ ਸਕਦੇ ਹਾਂ, ਸੁਣ ਵੀ ਸਕਦੇ ਹਾਂ। ਔਰ ਅਸੀਂ ਲਾਈਨ 'ਚ ਲੱਗੇ ਹਾਂ, ਵੀਡੀਓਗ੍ਰਾਫੀ ਅਲਾਊਡ ਨਹੀਂ ਸੀ। ਦਰਸ਼ਨ ਕਰਨ ਨੂੰ ਕਰੀਬ 1 ਤੋਂ 1.5 ਘੰਟਾ ਸਾਨੂੰ ਲੱਗਾ। ਉਸ ਤੋਂ ਬਾਅਦ ਅਸੀਂ ਬਾਹਰ ਆ ਕੇ ਤਲਾਬ ਦੇ ਕਿਨਾਰੇ ਬੈਠ ਕੇ ਬਾਣੀ ਨੂੰ ਸਰਵਣ ਕੀਤਾ। ਬਹੁਤ ਹੀ ਸ਼ਾਂਤਮਈ ਜਗ੍ਹਾ। ਠੰਡੀ ਠੰਡੀ ਹਵਾ ਚੱਲ ਰਹੀ ਸੀਗੀ, ਮਿੱਠੀ ਮਿੱਠੀ ਬਾਣੀ ਕੰਨਾਂ ਵਿੱਚ ਪੈ ਰਹੀ ਸੀਗੀ। ਤਾਂ ਕੁਛ ਕਿਸੇ ਹੋਰ ਹੀ ਦੁਨੀਆਂ ਦੇ ਵਿੱਚ ਮੈਨੂੰ ਲੱਗ ਰਿਹਾ ਸੀ ਪਹੁੰਚ ਚੁੱਕੇ ਹਾਂ। DST07 ਵਲੋਗ ਨੂੰ ਪਲੀਜ਼ ਸਬਸਕ੍ਰਾਈਬ ਕਰੋ, ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ। ਯੂਨੀਕ ਵੀਡੀਓ ਥੋੜ੍ਹੀਆਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜੀ। ਨੈਕਸਟ ਕੱਲ੍ਹ ਜਿਹੜੀ ਤੁਹਾਨੂੰ ਵੀਡੀਓ ਦਿਖਾਊਂਗਾ, ਆਈ ਥਿੰਕ ਉਹਦੇ ਵਲੋਗ ਬੜੇ ਘੱਟ ਆਏ ਆ। ਏਅਰਪੋਰਟ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਆ, ਉੱਥੇ ਆਪਾਂ ਚੱਲਾਂਗੇ। ਫਾਈਨਲੀ ਦਰਸ਼ਨ ਕਰਕੇ ਅਸੀਂ ਬਾਹਰ ਆ ਚੁੱਕੇ ਹਾਂ। ਸ਼ੁਕਰਾਨਾ ਗੁਰੂ ਦਾ ਕਰਨਾ ਬਹੁਤ ਜ਼ਰੂਰੀ ਹੈ। ਫਾਈਨਲੀ ਅਸੀਂ ਕੁਛ ਡੈਜ਼ਰਟ ਟਰਾਈ ਕੀਤਾ ਹਾਲ ਗੇਟ ਦੇ ਬਾਹਰ। ਬਾਕੀ ਦੋਸਤੋ ਆਪਣਾ ਪਿਆਰ ਬਣਾਈ ਰੱਖੋ, ਵੀਡੀਓ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।